अगर आपने हमारे चैनल को सब्सक्राइब नहीं किया है तो इसे सब्सक्राइब कर लें। पूरी दुनिया में जहां कोरोना वायरस कारण लोगों में हाहाकार मची हुई है, वहां ही पंजाब में भी लॉकडाउन कर्फ्यू के चलते लोगों को अपनी रोजमर्रा की सुविधाओं पूरी करने के लिए तलो मछली होना पड़ रहा है। परंतु यहां एक बात और देखने को मिली कि श्री मुख्तसर साहब के मिशन अस्पताल में बड़ी संख्या में पहुँचे निशेबाजों की गली लगी देखने को मिली, जहाँ की निशेबाज जो की पहले अफीम, गोलियाँ, पोस्ट आदि के नशे करते थे, वहाँ नशा छोड़ने वाली दवा बुफन को पहुंचे हुए थे। की नाम है जी ਤੁਹਾਡਾ? ਚਰਨਜੀਤ ਸਿੰਘ ਜੀ। ਸਰ ਤੁਸੀਂ ਅੱਜ ਲਾਈਨਾਂ ਵਿੱਚ ਲੱਗੇ ਹੋ, ਕੀ ਕਾਰਨ ਹੈ? ਇਹ ਨੰਬਰ ਆਉਂਦੇ ਯਾਰ, ਗੋਲੀਆਂ ਲੈਣ ਆਇਆ ਜੀ ਨਸ਼ੇ ਵਾਲੀਆਂ। ਅੱਛਾ ਜੀ, ਕੀ ਖਾਂਦੇ ਸੀ ਤੁਸੀਂ? ਉਹ ਨੰਬਰ ਇਹਨਾਂ ਬਹੁਤ ਖਾਣੇ ਹੋਣਾ, ਗੋਲੀਆਂ ਤੇ ਆ ਗਿਆ ਜੀ ਛੱਡੀ ਨੇ। ਅੱਛਾ, ਕਿੰਨੇ ਟਾਈਮ ਤੋਂ ਜਿਹੜਾ ਪੋਸਟ ਤੁਸੀਂ ਖਾਂਦੇ ਆ ਰਹੇ? ਮੈਂ 2002 ਖਾਣ ਲੱਗਾ ਜੀ। ਅੱਛਾ, ਤੇ ਇੱਥੇ ਦਵਾਈ ਲੈਂਦੇ ਨੇ ਕਿੰਨਾ ਟਾਈਮ ਹੋ ਗਿਆ? ਪਹਿਲਾਂ ਮੈਂ ਸਰਕਾਰੀ ਹਸਪਤਾਲੋਂ ਲੈਣਾ ਜੀ, ਹੁਣ ਮੈਂ ਇੱਥੋਂ ਲੈਣਾ। ਅੱਛਾ, ਪਹਿਲੀ ਵਾਰ ਇੱਥੇ ਆ ਜੀ। ਜਿਹੜੇ ਸਰਕਾਰੀ ਹਸਪਤਾਲੋਂ ਲਈ ਹੈ ਦਵਾਈ ਨਾਲ ਫਰਕ ਆਇਆ ਤੁਹਾਨੂੰ? ਹਾਂਜੀ ਹਾਂਜੀ, ਬੜਾ ਫਰਕ ਪਿਆ ਜੀ। ਸਰ ਕੀ ਨਾਮ ਹੈ ਜੀ ਤੁਹਾਡਾ? ਗੁਰਸੇਵਕ। ਸਰ ਜੋ ਤੁਸੀਂ ਲਾਈਨਾਂ ਵਿੱਚ ਲੱਗੇ ਹੋ, ਕੀ ਕਾਰਨ ਹੈ? ਹਾਂਜੀ, ਕੀ ਕਾਰਨ ਹੈ ਜਿਹੜਾ ਤੁਸੀਂ ਲਾਈਨਾਂ ਵਿੱਚ ਲੱਗੇ ਹੋ? ਲਾਈਨਾਂ ਜੀ, ਇੱਕ ਦੂਜੇ ਦੇ ਅੱਗੋਂ, ਇੱਕ ਦੂਜੇ ਦੇ ਪਿੱਛੇ, ਇਸ ਤਰ੍ਹਾਂ ਕਰਕੇ ਉਹ ਕੋਈ ਪਹਿਲਾਂ ਲੈ, ਜਿਹੜਾ ਮਗਰੋਂ ਆਇਆ ਉਹ ਮਤਲਬ ਕਿ ਪਹਿਲਾਂ ਲੈ ਜਾਂਦਾ, ਜਿਹੜਾ ਪਹਿਲਾਂ ਉਹ ਰਹਿ ਜਾਂਦਾ ਜੀ, ਇਸ ਤਰ੍ਹਾਂ ਕਰਕੇ। ਕਾਹਦੀ ਦਵਾਈ ਲੈਣਾ ਹੈ? ਇਹ ਜੀ ਨਸ਼ਾ ਛਡਾਊ ਜਿਹੜੇ ਸੀਗੇ, ਪਹਿਲਾਂ ਹੋਇਆ ਸੀਗਾ ਕੰਮ ਚੱਲਿਆ ਸੀ ਵੀ ਪਿੰਡਾਂ ਦੇ ਵਿੱਚ ਨਸ਼ੇ ਵਿਕ ਰਹੇ ਆ, ਉਹਨਾਂ ਨੂੰ ਜਦੋਂ ਛੱਡਦੇ ਸੀਗੇ ਫਿਰ ਔਖੀ ਦੁਨੀਆ ਫਿਰ ਹਸਪਤਾਲਾਂ ਨੂੰ ਭੱਜੀ, ਫਿਰ ਇਹਨਾਂ ਨੇ ਮਤਲਬ ਕਿ ਜਿਹੜਾ ਨਸ਼ੇ ਵਾਲਾ ਕੰਮ ਸੀਗਾ ਉਹਦੀ ਟੋਟ ਪੂਰੀ ਕੀਤੀ ਆ। ਇਹ ਗੋਲੀ ਬਰੂ ਖੂਨ ਦਿੰਦੇ ਆ ਜੀ, ਬਰੂ ਖੂਨ ਦੇ ਵਿੱਚ ਉਹ ਨਸ਼ੇ ਕਰਕੇ ਇੱਕੋ ਹੀ ਚੀਜ਼ ਹੈ, ਸ਼ਾਲਟ ਇੱਕੋ ਹੀ ਆ ਜੀ, ਉਹ ਬੰਦ ਕਰ ਦਿੱਤਾ ਜੀ। ਉਹ ਤੇ ਪੈਸਿਆਂ ਦੇ ਆਉਂਦਾ ਸੀਗਾ, ਪੈਸੇ ਲੱਗਦੇ ਸੀਗੇ ਜੀ, ਇਹ ਮਤਲਬ ਫ੍ਰੀ ਮਿਲ ਜਾਂਦਾ ਜਿਹਦਾ ਕਾਰਡ ਬਣਿਆ ਹੋਇਆ, ਪਰਚੀਆਂ ਬਣਵਾ ਦੀਆਂ ਇਹ ਸਰਕਾਰ ਨੇ ਤੇ ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਉੱਥੋਂ ਪਰਚੀਆਂ ਡਾਕਟਰ ਨੇ ਬਣਵਾ ਦੀਆਂ। ਫਰਕ ਆਇਆ ਤੁਹਾਨੂੰ ਦਵਾਈ ਨਾਲ? ਹਾਂਜੀ, ਦਵਾਈ ਨਾਲ ਪੂਰਾ ਫਰਕ ਆ ਜੀ। ਇਹ ਕਿੰਨੇ ਟਾਈਮ ਦਾ ਇਹ ਕਹਿੰਦੇ ਆ ਵੀ ਜਿਹੜਾ? ਨਹੀਂ, ਟਾਈਮ ਕੁਛ ਨਹੀਂ ਦੱਸਿਆ ਜੀ, ਜਦੋਂ ਉਹਨੇ ਦਵਾਈ ਦੇ ਦਿੰਦੇ ਮੋੜ ਦਿੰਦੇ। ਅੱਛਾ, ਕਾਹਦਾ ਨਸ਼ਾ ਕਰਦੇ ਸੀ? ਹੈ ਜੀ, ਕਾਹਦਾ ਨਸ਼ਾ ਕਰਦੇ ਸੀ? ਹੁਣ ਜੀ ਇਸੇ ਦਾ ਹੀ ਆ, ਹੁਣ ਤਾਂ ਗੇਰਾਂ ਤੇ ਜਦੋਂ ਇੱਥੋਂ ਲੈਣੇ। ਪਹਿਲਾਂ ਕਾਹਦਾ ਕਰਦੇ ਸੀ? ਪਹਿਲਾਂ ਹਾਂਜੀ, ਪਹਿਲਾਂ ਆਰ ਐਸ ਵਗੈਰਾ ਜਾਂ ਕੋਈ ਪਿੰਡਾਂ 'ਚ ਜਾਂ ਕੋਈ ਬਲੈਕ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਕਾਕਾ ਸਿੰਘ। ਸਰ ਜੋ ਤੁਸੀਂ ਅੱਜ ਲਾਈਨਾਂ ਵਿੱਚ ਖੜੇ ਹੋ, ਕੀ ਕਾਰਨ ਹੈ? ਦਿੰਦੇ ਨਹੀਂ ਜੀ ਲਾਈਨ ਤੋਂ ਬਿਨਾਂ। ਠੀਕ ਹੈ ਜੀ, ਕਾਹਦੀ ਦਵਾਈ ਲੈਣਾ ਜੀ? ਇਹ ਨਸ਼ੇ ਛੱਡਣ ਦੀ। ਅੱਛਾ, ਕਾਹਦਾ ਨਸ਼ਾ ਕਰਦੇ ਸੀ? ਪੋਸਟ ਕਰਨਾ ਜੀ। ਅੱਛਾ, ਇਹ ਦਵਾਈ ਨਾਲ ਫਰਕ ਆਉਂਦਾ ਪਿਆ? ਹਾਂ, ਫਰਕ ਆਉਂਦਾ ਜੀ, ਪਰ ਮਹੀਨੇ 'ਚ ਕੀਤੀ ਜਾਵੇ। ਠੀਕ ਹੈ ਜੀ, 14 ਦਿਨ ਦਿੰਦੇ, ਮਹੀਨੇ 'ਚ ਕੀਤੀ ਜਾਵੇ। ਕੀ ਨਾਮ ਹੈ ਜੀ ਤੁਹਾਡਾ? ਤੁਸੀਂ ਲਾਈਨਾਂ ਵਿੱਚ ਖੜੇ ਹੋ, ਕੀ ਕਾਰਨ ਹੈ? ਦਵਾਈ ਲੈਣਾ ਹੈ। ਕਾਹਦੀ ਲੈਣਾ ਜੀ? ਨਸ਼ਾ ਛੱਡ। ਅੱਛਾ, ਦਵਾਈ ਲੈ ਲਈ ਆ? ਲੈਣੀ ਹੈ। ਪਹਿਲਾਂ ਲਈ ਹੈ ਦਵਾਈ ਤੁਸੀਂ? ਨਹੀਂ, ਨਵੀਂ ਕੱਲ੍ਹ ਆਏ ਸੀਗੇ, ਨਵੀਂ ਆਈ ਡੀ ਬਣਵਾਈ। ਅੱਛਾ, ਕਾਹਦੀ, ਕਿੰਨੇ ਟਾਈਮ ਦਾ ਜਿਹੜਾ ਪਹਿਲਾਂ ਤੁਸੀਂ ਕਾਹਦਾ ਨਸ਼ਾ ਕਰਦੇ ਸੀ? ਪਹਿਲਾਂ ਪੋਸਟ ਖਾਂਦੇ। ਕਿੰਨੇ ਟਾਈਮ ਤੋਂ? ਹੋ ਗਏ 14-15 ਸਾਲ। ਹੁਣ ਤੁਸੀਂ ਪਹਿਲੀ ਵਾਰ ਦਵਾਈ ਲੈਣ ਆਏ ਹੋ? ਹਾਂਜੀ। ਤੁਹਾਨੂੰ ਇੱਥੋਂ ਦਾ ਕਿਹਨੇ ਦੱਸਿਆ? ਸਾਨੂੰ ਪਿੰਡ 'ਚ ਦੱਸਿਆ ਜੀ, ਪਿੰਡ 'ਚ ਕਈ ਬੰਦੇ ਲੈ ਗਏ। ਗਿੱਦੜ ਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।